ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਟਵਾਣਾ ਵਲੌਗ 'ਚ। ਛੁੱਬੀ ਵੀ ਆ ਗਿਆ ਸੀਗਾ ਭਾਰਸੋ ਤੋਂ, ਅਤੇ ਇਹਨੇ ਉਠਾ ਲਿਆ ਮੈਨੂੰ ਤਾਂ ਆ ਕੇ, ਮੈਂ ਤਾਂ ਸੁੱਤਾ ਪਿਆ ਸੀ, ਰਾਤ ਲੇਟ ਹੋ ਗਏ ਸੀਗੇ ਨਵੇਂ ਸਾਲ 'ਤੇ ਫਿਲਮ ਦੇਖਣ ਵਗ ਗਏ। ਉਹ ਵਿਆਹ ਏ 10-9 ਦਾ ਕੇ 10-11 ਦਾ 10-11 ਦਾ ਵਿਆਹ ਸਿਸਟਰ ਦਾ ਸਾਡੀ ਦਾ, ਅਤੇ ਉਹਦੇ ਕਰਕੇ ਉੱਧਰ ਕੰਮ ਕਰ ਰਿਹਾ ਸੀ ਮੈਂ, ਯਾਰਾਂ ਦੋਸਤਾਂ ਨਾਲ ਵਗ ਗਿਆ ਸੀਗਾ। ਅਤੇ ਬਾਕੀ ਬਿੰਦਰ ਆ ਰਿਹਾ ਭਾਰਸੋਂ, ਆ ਕੇ ਉਹ ਫੋਨ ਕਰਦਾ ਸਾਨੂੰ, ਇੱਕ ਦੋ ਕੰਮ ਹੋਰ ਨੇ, ਚਲੋ ਚੱਲੀਏ ਫਿਰ ਭਾਰਸੋਂ ਦਿਖਾਉਂਦੇ ਹਾਂ। ਜਮਾਂ ਨਹੀਂ ਦੇਖਿਆ, ਚੱਲ ਚੱਲੀਏ, ਚੱਲ ਬਾਕੀ ਮਿਲਦਾ ਤੁਹਾਨੂੰ ਜਾ ਕੇ ਲਵੇ। ਬਾਕੀ ਇੱਕ ਦੋ ਜਿਹੜੇ ਕੰਮ ਹੈਗੇ ਨੇ ਸਾਨੂੰ, ਉਹ ਅਸੀਂ ਜਾ ਕੇ ਕਰਦੇ ਹਾਂ, ਪਹਿਲਾਂ ਇਹਨੂੰ ਮਿਲ ਲਈਏ ਚੌਧਰੀ ਨੂੰ। ਆਹ ਦੇਖ ਲਓ, ਫੋਕਰਾ ਰੁਕਿਆ ਵੀ ਨਹੀਂ ਹੈਗਾ, ਭਜਾਈ ਆਉਂਦਾ ਸੀ ਟਰੈਕਟਰ। ਫਿਲਮੀ ਫੁਲਮੀ ਜੇ ਕਰਾਉਣੀ ਆ, ਇੱਕ ਕਹਿੰਦਾ ਉਰੇ ਇੱਥੇ ਕਰਾ ਮਰਸਡੀ ਦਾ ਸੈਂਡ ਜਾ ਮੈਂ ਛਪਾਇਆ ਜਿਹੜਾ, ਉਹ ਕਹਿੰਦਾ ਬਾਕੀ ਦਾ ਕੁਛ ਨਹੀਂ ਕਰਨੇ ਵਾਲਾ ਯਾਰ ਮੇਰੇ। ਆਹ ਕਰਾ ਲਾ ਫਿਲਮੀ, ਹਾਂ ਇਹ ਕਰਾ ਫਿਲਮੀ ਦੋਹੇ, ਮੈਂ ਵੀ ਚਾਰੇ ਕਰਾਈਆਂ ਵੀ ਨੇ। ਆਹ ਬੰਦੇ ਨੂੰ ਨਾਲੇ ਕਰ ਲਿਓ ਭਾਈ ਫੋਲੋ, ਵੀਰ ਦਵਿੰਦਰ ਸਿੰਘ, ਭੀੜੇ ਬਹੁਤ ਆ, ਗੰਨੇ ਜਾਂ ਨਾ ਜਾ ਵੱਜ ਜਾਂਦਾ ਹਨਾ। ਲਾਡੀ ਗਿਆ ਹੋਇਆ ਏ ਆਉਂਦਾ, ਉਹ ਕਹਿੰਦਾ ਮੈਂ ਰੋਟੀ ਖਾਣੀ ਆ, ਉਹਦੀ ਦੁਕਾਨ ਉਹਦੀ। ਚੱਲ ਰੋਟੀ ਤਾਂ ਹਰੇਕ ਹੀ ਖਾਂਦਾ ਬੰਦਾ, ਅਸੀਂ ਕਿਹਾ ਵੀ ਚੱਲ ਖਾਇਆ ਕੋਈ ਚੱਕਰ ਨਹੀਂ, ਜਿੱਥੇ ਇੰਨਾ ਟਾਈਮ ਸੀ ਉੱਥੇ ਹੋਰ ਸੀ, ਖੜ ਜਾਂਦੇ ਹਾਂ। ਬਾਕੀ ਆਹ ਕਹਿੰਦਾ ਇਹ ਆਹ ਸਾਰਾ ਮਤਲਬ ਕਿ ਨਵਾਂ ਲਵਾ ਦਿੰਦੇ ਹਾਂ, ਮਹਾਂ ਯਾਰ ਮੈਨੂੰ ਤਾਂ ਠੀਕ ਲੱਗਦਾ, ਇਹ ਕਹੀ ਜਾਂਦਾ ਕਹਿੰਦਾ ਨਵਾਂ ਲਵਾਉਣਾ, ਪੈਸੇ ਟੱਪਦੇ ਨੇ ਬਸ। ਉਹ ਇੰਨਾ ਕੁ ਯਾਰ ਚੱਲੀ ਜਾਂਦਾ ਇਹਦਾ, ਹੁਣ ਤੈਨੂੰ ਪਤਾ ਹੀ ਆ। ਚਲੋ ਆ ਜਾਵੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਕੀ ਕੁਛ ਕਰਾਉਂਦੇ ਹਾਂ, ਬਾਕੀ ਅਸੀਂ ਸੋਚਦੇ ਹਾਂ ਇਹਨੇ। ਠੀਕ ਆ, ਮਿਲਦੇ ਹਾਂ ਫਿਰ ਅੱਗੇ। ਹਾਂਜੀ, ਅਤੇ ਮੁੰਡਾ ਕਹਿੰਦਾ ਲਾਈਟਾਂ ਕਰਾਉਣੀਆਂ ਨੇ ਫਿਲਮ ਹੀ ਹੋਲ ਹੋਣਾ, ਇੱਦਾਂ ਦੇਖੀ ਆਹ ਕੀ ਫੋਨ ਜੇ ਕੱਢੀ ਇਹਨਾਂ ਨੂੰ ਦੱਸ, ਮੈਂ ਇਹਦੀ ਬਣਾ ਰਿਹਾ ਪੱਟੂ ਤਾਂ ਮੇਰੀ ਉਹ ਬਣਾਈ ਜਾਂਦਾ ਯਾਰ। ਆਹ ਹੱਥ 'ਚ ਕਰ ਲਾ ਜਿਹਦੀ ਜਿਹਦੀ ਕਰ, ਇਹਨਾਂ ਟਾਈਮ ਨਹੀਂ ਹੈਗਾ। ਅੱਛਾ ਆਹ ਦੋਵੇਂ ਲਾਈਟਾਂ ਸੀ, ਫਿਲਮ ਹੀ ਕਰ ਦੇਣੀਆਂ ਨੇ, ਬਾਕੀ ਇੱਥੇ ਲਾਉਂਦੇ ਹਾਂ ਇੱਕ ਸਟਿੱਕਰ ਜਿਹਾ ਆਹ ਉਰੇ। ਬਾਕੀ ਯਾਰ ਹਜੇ ਤਾਂ ਆਹ ਪੁੱਛਿਆ ਸੀਗਾ ਵੀ ਉਰੇ ਮਰਸੜੀ ਦੇ ਸੈਨ ਜਿਹਾ ਲਵਾ ਲਈਏ, ਉਹ ਕਹਿੰਦਾ ਯਾਰ ਉਰੇ ਡੁੰਗ ਜਿਹਾ ਖਾਸ ਆ ਏ ਵੀ ਲੱਗਣਾ ਨਹੀਂ ਹੈਗਾ, ਉਹ ਪਤਾ ਨਹੀਂ ਕੀ ਕਹਿੰਦੇ, ਕਹਿੰਦਾ ਪ੍ਰੋਟੀਨ ਪਟੂਨ ਜਿਹਾ ਭਰ ਕੇ ਕਹਿੰਦਾ ਫੇਰ ਪਲੇਟ ਪਲੂਟ ਲਾ ਕੇ ਲੱਗੂਗੀ। ਆਹੋ ਚੱਲ ਇੱਕ ਵਾਰ ਲਵਾ ਕੇ ਦੇਖ ਲਾਂਗੇ ਜੇ ਨਹੀਂ ਸਹੀ ਰਿਹਾ। ਕਿਆ ਚੀਜ਼, ਬਾਕੀ ਆ ਖੋਲ ਕੇ ਤੁਹਾਨੂੰ ਦਿਖਾਉਂਦੇ ਆ ਕਿ ਕਿਵੇਂ ਲੱਗਦੀਆਂ ਨੇ, ਖੋਲ ਲਈ ਹੁਣ ਛੇਤੀ ਛੇਤੀ ਅਸੀਂ। ਆਹ ਦੇਖ ਲਓ ਇਹਨਾਂ ਦੇ ਹਾਲ, ਬਿੰਦਰ ਸਿੰਘ ਦੇ ਦੇਖਿਓ ਲੈ, ਉਹ ਵੀਰੇ ਤੁਸੀਂ ਸਾਫ਼ ਰੱਖ ਲਿਆ ਕਰ, ਟਰੈਕਟਰ ਦੇਖ ਲਾ ਮੇਰਾ ਲਿਸ਼ਕਾ ਮਾਰਦਾ ਹੁੰਦਾ, ਆਹੋ ਝੋਟੇ ਲਿਪੜਦੇ ਹੁੰਦੇ ਨੇ, ਟੋਲੇ ਇਹਦਾ ਕਿਵੇਂ ਲੜਾ ਜਾ ਹੋ ਗਿਆ ਨਾ ਵਿਚਾਰਾ। ਚੱਲ ਕੋਈ ਨੀ, ਬਾਕੀ ਯਾਰ ਆਹੀ ਕਰ ਲਾ ਬਿੰਦਰ, ਹੋਰ ਤਾਂ ਇਹਤੇ ਕਰਾਉਣੀ ਆ ਫਿਲਮ, ਇਹਤੇ ਕਰਾਉਣੀ ਇੱਕ ਆਹ ਚੀਜ਼ 'ਤੇ, ਜੇ ਕਰਾਉਣੀ ਆ ਡੈੱਕ ਡੁੱਕ ਵਾਲੀ ਚੀਜ਼ ਨਾ ਛੇੜਦਾ, ਹੋਰ ਤੂੰ ਡੈੱਕੇ ਨਵਾਂ ਲਵਾ ਲਈ ਹੁਣ, ਹੁਣ ਲਵਾਉਣਾ ਤਾਂ ਹੈਗਾ ਗਾਹਾਂ। ਇਹਦਾ ਨਹੀਂ ਯਾਰ ਇੰਨਾ ਚੱਕਰ ਅੜਦਾ, ਸਪੀਕਰ ਦਾ ਇੱਕ ਨੇ ਸੋਹਣੇ ਲਾ ਦੇਣੇ ਇਕੱਲੇ, ਬੂਫਰਾਂ ਦਾ ਚੱਕਰ ਅੜਦਾ। ਬਾਕੀ ਆਹ ਚੀਜ਼ਾਂ ਦਾ ਜਿਵੇਂ ਉਰੇ ਇਹਦਾ ਜੋਂਡੀਅਰ ਦਾ ਸਾਈਨ ਆ, ਇੱਥੇ ਆਪਾਂ ਦਾ ਡੈਲਮਨ ਜੇਰੀਆਂ ਦਾ ਸਾਈਨ ਜਿਹਾ ਲਵਾਤਾ ਸੀਗਾ, ਆਪਣੇ ਹੈ ਨਹੀਂ ਉਰੇ ਕੁਛ, ਇਹ ਚਲੋ ਜੱਚਦਾ, ਇਹਨੂੰ ਮੈਂ ਕਹਿ ਦੀ ਮਾਂ ਕਰਾ ਲਾ ਜੇ ਫਿਲਮਾਂ ਕਰਾਉਣੀਆਂ ਨੇ, ਕਹਿੰਦਾ ਫਿਰ ਕਿਤੇ ਲੈਟ ਲੂਟ ਨਾ ਘੱਟ ਜੇ ਕਿਵੇਂ ਗੰਨੇ ਦਾ ਕੰਮ ਆ। ਟਰਾਲੀ ਅਸੀਂ ਕੱਟਤੀ ਸੀਗੀ ਉੱਥੇ ਅਤੇ ਕਰਾਉਂਦੇ ਹਾਂ ਇਹਦਾ। ਬਾਕੀ ਛੁੱਬੀ ਵੀ ਆਉਂਦਾ ਮਾੜਾ ਜਿਹਾ, ਜਾ ਕੇ ਆਉਣਾ ਤੁਹਾਨੂੰ ਦੱਸਿਆ ਸੀਗਾ ਵੀ ਵਿਆਹ ਦਾ ਭੈਣ ਦਾ ਕਾਰਡ ਜੇ 9 ਦੱਸ ਕੇ ਆਉਣੇ ਨੇ। ਚੱਲ ਅੱਗੇ ਮਿਲਦੇ ਹਾਂ ਫਿਰ, ਠੀਕ ਆ ਕਰਾ ਲਈਦਾ ਟਰੈਕਟਰ ਦਾ ਮਾੜਾ ਜਿਹਾ, ਅੱਜ ਤਾਂ ਪੂਰਾ ਸ਼ਡਿਊਲ ਬਿਜ਼ੀ ਰਹੂ ਸਾਰਾ ਦਿਨ। ਹਾਂਜੀ ਠੀਕ ਲੱਗਦਾ, ਦੱਸਿਓ ਭਾਈ ਠੀਕ ਲੱਗਦਾ ਕਿਵੇਂ ਕਿਵੇਂ ਨਾ। ਬਾਕੀ
ਹਜੇ ਤਾਂ ਇੰਨਾ ਕਰਾਵਾਂਗੇ ਯਾਰ, ਬਾਕੀ ਅੱਗੇ ਕਰਾਵਾਂਗੇ ਦੇਖ ਕੇ, ਬੰਪਰ ਬੁੰਪਰ ਚੇਂਜ ਕਰਾਵਾਂਗੇ ਹਲੇ, ਫਿਲਮੀ ਫੁਲਮੀ ਕਰਾ ਕੇ ਦਿਖਾਉਂਦੇ ਤੁਹਾਨੂੰ ਸਾਰਾ ਕੁਛ। ਲਓ ਜੀ ਮਿੱਤਰੋ, ਫਿਲਮੀ ਆਪਾਂ ਟੇਪ ਜੀ ਕਰਾ ਦਿੱਤੀ, ਦੇਖੋ ਠੀਕ ਲੱਗਦਾ ਹੁਣ, ਕੁਛ ਕੁ ਸੋਹਣਾ ਲੱਗਣ ਲੱਗ ਗਿਆ। ਪਹਿਲਾਂ ਤਾਂ ਯਾਰ ਜ਼ਿਆਦਾ ਬੁਰੀ ਹਾਲਤ ਸੀਗੀ, ਦੇਖੋ ਖਰਾਬ ਜਿਹਾ ਹੋਇਆ ਵੀ, ਹਲੇ ਵੀ ਵਿੱਚ ਵਿੱਚ ਦੀ ਮਾੜਾ ਮੋਟਾ ਤਾਂ ਦਿਖਦਾ ਹੈ, ਬਾਕੀ ਜੱਚਦੀ ਆਉਣ ਫਿਲਮ ਜੀ, ਘੈਂਟ ਲੱਗਦਾ ਏ। ਬਾਕੀ ਆਹ ਮੁੰਡਾ ਯਾਰ ਬੁਲਟ ਵਾਲਾ ਕਿੱਦਾਂ ਖੜਾ ਵਿਚਾਰਾ, ਅਸੀਂ ਕਿਹਾ ਚੱਲ ਕੋਈ ਗੱਲ ਨਹੀਂ, ਕਰ ਦਿਓ ਟੈਂਕੀ ਜੀ ਕਰਾਉਣੀ ਆ ਉਹਨੇ, ਆਪਾਂ ਨੂੰ ਕੋਈ ਚੱਕਰ ਨਹੀਂ। ਬਾਕੀ ਆਹ ਦਹਿਸ਼ਤ ਪਾ ਰਹੀ ਹੈ ਚੀਜ਼ ਪੂਰੀ, ਇਹਦੇ ਫਿਲਮ ਹੀ ਕਰਾ ਕੇ ਬਸ ਫਿਰ ਅਸੀਂ ਵਿਹਲੇ, ਫਿਰ ਅਸੀਂ ਚੱਲੇ ਪਿੰਡ ਨੂੰ, ਪਿੰਡ ਜਾ ਕੇ ਕੱਢਦੇ ਹਾਂ ਟਰੈਕਟਰ ਆਪਣਾ ਝੋਟਾ ਦੂਆ ਧਾਕੜ, ਫਿਰ ਬਣਾਉਂਦੇ ਹਾਂ ਵੀਡੀਓ। ਲਾਇਆ ਭਾਈ ਨਿਬੜਿਆ ਕੰਮ, ਜੱਚਦਾ ਕੰਮ ਮਿੰਦਰ ਦਾ ਘਾਣਾ, ਜਿੰਨਾ ਚਿਰ ਚੱਲੂ ਚਲਾਵਾਂਗੇ। ਬਾਕੀ ਇਹ ਤਾਂ ਹੀ ਫਿਲਮ ਹੀ ਕਰਾਤੀ, ਹੁਣ ਜੱਚਣ ਲੱਗ ਗਿਆ ਟਰੈਕਟਰ ਪੂਰਾ, ਗਾਹ ਲਿਖਾ ਲਿਆ ਬਾਈ ਨੇ, ਕੀਤੀਆਂ ਬਾਪੂ ਨੇ ਸਭ ਰੀਝਾਂ ਪੂਰੀਆਂ। ਆਪਾਂ ਵੀ ਲਿਖਾਊਂਗਾ, ਮੈਂ ਵੀ ਲਿਖਾਊਂਗਾ ਯਾਰ, ਮੈਂ ਕਿਸੇ ਹੋਰ ਚੀਜ਼ 'ਤੇ ਲਿਖਾਊਂਗਾ ਦੇਖ ਕੇ। ਬਾਕੀ ਵੀਰੇ ਹੁਣ ਭੁੱਖ ਬਹੁਤ ਲੱਗੀ ਵੀ ਆ, ਖਾਈਏ ਬਰਗਰ ਬੁਰਗਰ ਜਾ ਕੇ। ਹੈਲੋ, ਹਾਂ ਉਰੇ ਪਾਰਟੀ ਕਰ ਬੰਦੇ ਆ, ਚਲੋ ਚੱਲੀਏ ਹੁਣ। ਆਪਾਂ ਆ ਗਏ ਪਿੰਡ, ਅਤੇ ਬਾਕੀ ਘਰ ਜਾਂਦੇ ਵਾਲੇ ਟਰਾਲੀ ਟਰੂਲੀ ਕੱਢਾਂਗੇ, ਫਿਰ ਬਣਾਵਾਂਗੇ ਵੀਡੀਓ। ਆਹ ਪਿੰਡ ਮੁੜ ਕੇ ਬਸ ਆਪਾਂ ਖੁਸ਼ ਹੋਇਆ ਪਿਆ ਜਿਹਦਾ ਕਰਾ ਕੇ ਕੰਮ ਟਰੈਕਟਰ ਦਾ। ਚਲੋ ਮਿਲਦੇ ਹਾਂ, ਅੱਗੇ ਦਿਖਾਉਂਦੇ ਤੁਹਾਨੂੰ ਟਰੈਕਟਰ ਟਰੂਟਰ ਕੱਢ ਕੇ ਦੋ। ਲਓ ਜੀ ਟਰਾਲੀ ਕੱਢਤੀ ਤੀ ਅਸੀਂ ਨੇ, ਅਤੇ ਪਹੁੰਚ ਗਏ ਘਰੇ, ਧਾਕੜ ਢੱਕ ਕੇ ਖੜਾਤਾ ਸੀਗਾ ਮੈਂ ਤਾਂ। ਚੱਲ ਭਾਈ ਖੋਲਣ, ਬਣਾਉਣੇ ਅੱਜ ਵੀਡੀਓ ਇਹਨਾਂ ਨਾਲ, ਚਲੋ ਚੱਲੀਏ। ਚਾਬੀ ਦੇਖੀ ਸੁਬੀ, ਲਓ ਜੀ ਮਿੱਤਰੋ ਦੇਖੋ ਫਿਰ, ਉਹਦੇ ਨਾਲ ਇੰਨਾ ਹਨੇਰਾ ਵੀ ਨਹੀਂ ਹੋਇਆ, ਫਿਰ ਵੀ ਕਰੋ ਚੈੱਕ, ਹੁਣ ਤਾਂ ਗੱਲਬਾਤ ਤਾਂ ਬਾਕੀ ਸਿਰੇ ਆ ਵੀ। ਹਾਂ ਵੀ ਸ਼ੁਭੀ ਕੀ ਕਹਿੰਦਾ ਬਾਈ, ਠੀਕ ਆ ਕੰਮ, ਉਹ ਲਿਆਤਾ ਸਮਾਨ, ਚਾਹ ਚੂਹ ਪੀਂਦੇ ਹੁਣ ਯਾਰ, ਫਿਰ ਗੇੜਾ ਗੂੜਾ ਕੱਢ ਕੇ ਆਉਂਦੇ ਹਾਂ ਅਸੀਂ। ਚਲੋ ਦਿਖਾਉਂਦੇ, ਹਾਂ ਦਿਖਾਉਂਦੇ ਆ ਫਿਰ ਤੁਹਾਨੂੰ ਗਾਹਾਂ। ਬਾਕੀ ਟਰੈਕਟਰ ਤਾਂ ਸੋਹਣੇ ਲਾਦੇ ਹੋਣੇ ਬਾਕੀ, ਹੈ ਨਾ, ਟਾਇਰਾਂ ਨਾਲ ਹੀ ਯਾਰ, ਕੋਈ ਵੀ ਟਰੈਕਟਰ ਆ ਜੱਚ ਤਾਂ ਮੇਨ ਟਾਇਰਾਂ ਨਾਲ ਹੀ ਜਾਂਦਾ, ਬਸ ਇੱਕ ਹਊਆ ਜਿਹਾ ਹੀ ਬਣਾਇਆ ਪਿਆ ਵੀ, ਹੈ ਨਾ, ਆਏ ਆ ਪਤਾ ਨਹੀਂ ਕਿਆ ਚੀਜ਼ ਆ, ਅਸੀਂ ਵੀ ਐਂ ਕਹਿੰਦੇ ਹੁੰਦੇ ਸੀ ਵੀ ਪਤਾ ਨਹੀਂ ਹਾਲਾ ਕਿੰਨਾ ਕੁ ਉਹ ਲੱਗ ਜੂ, ਹੈ ਨਾ, ਪਰ ਹੌਲੀ ਹੌਲੀ ਬੰਦਾ ਕਰੀ ਜਾਂਦਾ, ਬਟ ਟਾਇਰ ਪੈ ਗਏ ਫਿਰ ਤਾਂ ਬੰਦਾ ਹੌਲੀ ਹੌਲੀ ਕਰਾਈ ਹੋ ਜਾਂਦਾ ਲਟਰਮ ਬਟਰਮ ਦਾ। ਹੁਣ ਆਹ ਦੇਖੋ ਜਿਵੇਂ ਜਿਵੇਂ ਇਹਦੀ ਆਹ ਸ਼ੇਡਿੰਗ ਆ, ਆਹ ਇਹਦੀ ਸ਼ੇਡਿੰਗ ਪੂਰੀ ਗਾੜੀ ਆ, ਦੇਖੋ ਐਨ ਪੂਰਾ ਐਨ ਜੱਚ ਰਿਹਾ ਚੀਜ਼, ਇੱਕ ਨਹੀਂ ਆਏ ਆਹ ਚੀਜ਼ ਇੱਕ ਨਹੀਂ ਕਰਨੀ ਆ ਮੈਂ, ਬਸ ਇੰਨਾ ਕੁ ਫਰਕ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵੀ ਆਹ ਆਪਾਂ ਡੈਨੋਲ ਜਿਹੜੀਆਂ ਦਾ ਲਵਾਤਾ ਦੀ ਸੈਨ ਜਾ, ਇਹ ਤਾਂ ਜਾਉਂਡੀਅਰ ਦਾ ਏ, ਬਾਕੀ ਆਪਣੀ ਆਪਣੀ ਜਗ੍ਹਾ ਸੋਹਣੇ ਲਾ ਦਿੰਦੇ ਦੋਹੇ ਜਾਣੇ। ਚਲੋ ਦਿਖਾਉਣੇ ਤੁਹਾਨੂੰ ਅੱਗੇ ਹੁਣ। ਲਓ ਜੀ ਮਿੱਤਰੋ, ਅਸੀਂ ਕਿਆ ਸੇਵਾ ਕਰ ਦਈਏ ਭਾਈ, ਬੰਦੇ ਸਾਡੇ ਲਵੇ ਆਏ ਨੇ ਅੱਜ, ਬਿੰਦਰ ਸਵਾਕੜੀ ਚੱਕੋ ਫੜੋ ਭਾਈ, ਓਏ ਸੇਵਾ ਤਾਂ ਫਿਰ ਹੋ ਫਿਰ ਬਿੰਦਰ ਠੀਕ ਆ ਕੰਮ, ਚਾਹ ਚੱਕਦੇ ਹਾਂ। ਬਾਕੀ ਅਸੀਂ ਹੁਣ ਚਾਹ ਚੂਹ ਪੀ ਕੇ ਫਿਰ ਅਸੀਂ ਚੱਲੇ ਗੇੜਾ ਕੱਢਣ, ਗੇੜਾ ਕੱਢ ਕੇ ਆ ਗਿਆ ਫਿਰ ਬਿੰਦਰ ਨੇ ਹੀ ਜਾਣਾ ਘਰ ਨੂੰ, ਘੋੜੀ ਨੂੰ ਕੱਖ ਕੁੱਖ ਪਾਉਣੇ ਨੇ ਬਸ ਫਿਰ। ਹਾਂ ਘੋੜੇ ਚਾਹ ਚੂਹ ਪੀ ਕੇ ਮਿਲਦੇ ਹਾਂ ਭਰਾਵੋ, ਓਕੇ। ਹਾਂ ਜੀ ਅਸੀਂ ਆ ਗਏ ਸੀਗੇ ਰੋਡ 'ਤੇ ਵੀਡੀਓ ਬੜੀਆਂ ਬਣਾਉਣ, ਅਤੇ ਜਿੰਨੀ ਵੀ ਲੋਕ ਜਾ ਰਹੇ ਨੇ ਕੋਈ ਨਹੀਂ ਆਏ ਹੈਗਾ ਵੀ ਕਿਸੇ ਦਾ ਨਾਂ ਇੱਧਰ ਮੂੰਹ ਹੁੰਦਾ ਹੋਊਗਾ। ਬਾਕੀ ਯਾਰ ਗੱਲ ਪਿਆਰ ਦੀ ਹੁੰਦੀ ਆ, ਜੇ ਕੋਈ ਵੱਖਰੀ ਚੀਜ਼ ਕਿਸੇ ਨੂੰ ਦਿਖਦੀ ਆ ਬੰਦਾ ਪਸੰਦ ਤਾਂ ਕਰਦਾ ਹੀ ਆ। ਚਲੋ ਬਾਬਾ ਮਿਹਰ ਕਰੇ, ਮੈਂ ਤਾਂ ਕਹਿੰਦਾ ਸਾਰਿਆਂ ਦੇ, ਆਪਣੇ ਭਰਾਵਾਂ ਦੇ ਜਿੰਨੇ ਵੀ ਟਰੈਕਟਰ ਨੇ ਸਾਰਿਆਂ ਦੇ, ਮਤਲਬ ਕਿ ਜਿਹਨਾਂ ਨੇ ਨਹੀਂ ਪਵਾਏ ਉਹ ਕਾਬਲ ਹੋਣ ਪਾਉਣ ਵਾਸਤੇ, ਹੈ ਨਾ, ਤਰੱਕੀਆਂ ਕਰਨ, ਰੱਬ ਬਖਸ਼ੇ ਤਰੱਕੀਆਂ ਬਾਈਆਂ ਨੂੰ। ਬਾਕੀ ਦੇਖੋ ਫਿਰ ਕਰੋ ਚੈੱਕ।
ਹਾਂਜੀ ਵੀਡੀਓ ਵਾੜੀਆਂ ਬਣਾ ਲਈਆਂ ਸੀਗੀਆਂ ਅਸੀਂ ਨੇ ਤੇ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਹਾਂ ਅਗਲੇ ਵਲੌਗ 'ਚ ਰੱਬ ਰਾਖਾ ਸਤਿ ਸ਼੍ਰੀ ਅਕਾਲ।